ਅਸਲਾਮ ਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵੀਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਜੀ। ਜਿਵੇਂ ਕਿ ਜਨਾਬ, ਹਰ ਰੋਜ਼ ਮੈਂ ਕੋਸ਼ਿਸ਼ ਕਰਦਾ ਵੀਰਾਂ ਵਾਸਤੇ ਅੱਛੇ ਅਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅੱਜ ਜਨਾਬ ਵੀਰਾਂ ਦੋਸਤਾਂ ਵਾਸਤੇ 6 ਜਾਨਵਰਾਂ ਦੀ ਲਾਟ ਦੀ ਵੀਡੀਓ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਵੀਰਾਂ ਦੋਸਤਾਂ ਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏ। ਇਸ ਤੋਂ ਪਹਿਲੇ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਈਏ। ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਡੀਓ ਸਭ ਆਹ ਇੱਧਰ ਜਨਾਬ ਜ਼ਬਰਦਸਤ ਪੀਸ ਵੀਰਾਂ ਦੋਸਤਾਂ ਵਾਸਤੇ, ਤੁਹਾਨੂੰ ਦੀ ਕੁਆਲਿਟੀ ਬੜਾ ਸਾਹਮਣੇ ਲਿਆ, ਵਾਪਸ ਲਿਆ, ਬੋਲਾ ਕੱਢਿਆ ਕਿ ਨਹੀਂ? ਨਹੀਂ ਕੋਈ ਨਹੀਂ, ਇਹ ਜ਼ਿਕਰ ਤੇ ਅੱਧਾ ਘਣਾ ਹੋਇਆ ਭਾਈ। ਠੀਕ ਹੈ, ਇਹ ਜੇ ਜਾਨਵਰ ਨੰਬਰ 1 ਵੀਰਾਂ ਨੇ ਕਰਨੀਆਂ ਤਸਲੀਆਂ, ਲੈਣੇ ਦੇਣੇ ਜਨਾਬ ਨਸੀਬ। ਜਾਨਵਰ ਨੰਬਰ 2 ਇਹ ਕਿੰਨੇ ਦਿਨ ਲੈਂਦੀ ਹੈ? ਇਹ ਹਜੇ ਜ਼ਿਕਰ 15 ਦਿਨ ਦੇ ਰਹੇ ਸਵੈਨ 15 ਦਿਨ ਲੈਂਦੀ ਸੁਬਾ, ਦੂਸਰਾ ਸੁਬਾ ਇਹਨਾਂ ਡਿਲੀਵਰ ਕਰਨਾ, ਦੂਸਰਾ ਸੁਬਾ ਡਿਲੀਵਰ ਕਰਨਾ। ਮਾਸ਼ਾਅੱਲਾ, ਬਹੁਤ ਜ਼ਿਆਦਾ ਵੱਕ ਜੀ ਕਾਲਾ ਥਣ। ਠੀਕ ਹੈ, ਬਹੁਤ ਜ਼ਿਆਦਾ ਵੱਕ। ਮੂੰਹ ਕਿਵੇਂ ਆ? ਮੂੰਹ ਪੂਰੀ ਭਈ ਆ, ਮੂੰਹ ਪੂਰੀ। ਲੈ ਚਲੋ, ਇਹ ਜਨਾਬ ਜੇ ਜਾਨਵਰ ਨੰਬਰ 2। ਜਾਨਵਰ ਨੰਬਰ 3 ਕਿੰਨਾ ਸੁਬਾ? ਇਹ ਭਾਈ ਜਨ ਤੀਸਰਾ ਸੁਬਾ, ਤੀਸਰਾ ਸੁਬਾ। ਸੂਈ ਹੋ ਕੇ ਸੋਨਾ ਜਨੇ ਇਹ ਗੱਬਣ, ਇਹ ਗੱਬਣ ਇਹਨੂੰ 10 ਦਿਨ ਦੇ ਰਹੇ ਸੀ। 10 ਦਿਨ ਕੱਚੀ ਹੈ, ਤੀਸਰਾ ਸੁਬਾ ਜਨਾਬ ਡਿਲੀਵਰ ਕਰਨਾ ਹੈ। ਪਰਾਂ ਦੂਰ ਪਰਾਂ ਉਸ ਸਾਈਡ। ਨਸਲ ਕਿਹੜੀ ਆ? ਨਸਲ ਦਾ ਭਰਾ ਹੋਣਾ ਨਜ਼ਰ ਆ ਵੀ ਸਾਈਵਾਲ ਦੇ ਫਰੀਜ਼ਰ ਨੇ ਕਰਾ। ਚਲੋ ਉਸ ਸਾਈਡ ਕੋਲ ਕਰੋ, ਉਸ ਸਾਈਡ ਨੂੰ ਲੱਗੋ। ਓ ਸੌਰੀ, ਜਰਸੀ ਦੇ ਫਰੀਜ਼ਰ ਦਾ, ਜਰਸੀ ਦੇ ਫਰੀਜ਼ਰ ਦਾ ਕਰਾ ਜਨਾਬ, ਬੈਠ ਜੇ। ਪਿਓਰ ਜਰਸੀ ਫਰੀਜ਼ਰ। ਮਾਸ਼ਾਅੱਲਾ, ਇਹਦਾ ਕੋਈ ਸਾਬਕਾ ਰਿਕਾਰਡ? ਇਹ ਗਾਂ ਪਿਛਲੇ ਸੂਏ ਮਾਲਕ ਕਹਿੰਦੇ ਸਾਡੀ ਗਾਂ ਨਾ 23 ਸਿਰ ਦੂਰ ਕਰ ਦਿੰਦੀ। ਮਾਸ਼ਾਅੱਲਾ, ਬਾਕੀ ਭਰਾਵਾਂ ਨੂੰ ਨਜ਼ਰ ਆ ਰਿਹਾ ਥਣ ਚੜਾਏ ਦੇ ਗਾਂ ਨੂੰ ਹਫਤਾ ਦੇਰ ਹੈ। ਜ਼ਬਰਦਸਤ, ਹਾਂ ਮਾਸ਼ਾਅੱਲਾ, ਬਹੁਤ ਜ਼ਿਆਦਾ ਵਾਣਾ ਕਰਦੀ ਹੈ। ਠੀਕ ਹੋ ਗਿਆ। ਜਾਨਵਰ ਨੰਬਰ 4 ਗੱਬਣ ਕੇ ਸੂਈ, ਸੂਈ ਇਹਨਾਂ ਸੋਸ ਹੋਈ ਹੈ। ਇਹ ਪਹਿਲਾ ਮੂੰਹ ਚ ਚੌਗੀ ਹੈ, ਮੂੰਹ ਚ 4 ਦਾ। ਪਿੱਛੇ ਕੀ ਇਹਦੇ? ਪਿੱਛੇ ਇਹਦਾ ਬੱਚਾ, ਪਿੱਛੇ ਬੱਚਾ। ਕਿੰਨਾ ਕੁ ਬੋਲਾ ਕਰਦੀ ਪਈ ਇਸ ਟਾਈਮ? ਇਹਦਾ ਦੁੱਧ ਹੈ ਇਸ ਟਾਈਮ 15 ਕਿ ਲੀਟਰ, 15 ਕਿ ਲੀਟਰ। ਪਿੱਛੇ ਬੱਚਾ ਤੇ ਸੂਈ ਕਿੰਨੇ ਦਿਨਾਂ ਦੀ ਹੈ? ਸੂਈ ਨੂੰ ਅੱਜ ਹੋ ਗਿਆ ਹਫਤਾ ਕੁ, ਹੋ ਗਿਆ ਹਫਤਾ ਕੁ। ਦੁੱਧ ਚ ਮਤਲਬ ਬੋਲੇ ਚ ਨਹੀਂ ਹੈ? ਹਾਂਜੀ, ਦੁੱਧ ਚ। ਜਾਨਵਰ ਨੰਬਰ 5 ਤੇ ਆਓ ਜੀ, ਨਸਲ ਦੱਸੋ ਪਹਿਲੇ ਤੇ ਦੀ। ਤੇ ਭਾਈਨ ਫਰੀਜ਼ਨ ਤੇ ਸਾਈਵ ਤੇ ਚੋਲਸਤਾਨੀ ਤੇ ਹਲਕਾ ਜਿਹਾ ਟੱਚ ਇਹਨਾਂ ਚ ਫਰੀਜ਼ਨ ਤੇ ਚੋਲਸਤਾਨੀ ਕਰਾ ਜਨਾਬ, ਹਲਕਾ ਤੇ ਟੱਚ ਨਾਲ ਆਸਟ੍ਰੇਲੀਆ ਦਾ ਆਊਟ ਕਲਾਸ ਪੀਸ ਜਨਾਬ ਵੀਰਾਂ ਦੋਸਤਾਂ ਵਾਸਤੇ। ਗੱਬਣ ਨਹੀਂ ਸ਼ੁਰੂ, ਪਿੱਛੇ ਕੀ ਇਹਦੇ? ਪਿੱਛੇ ਇਹਦੇ ਬੱਚਾ, ਪਿੱਛੇ ਇਹਦੇ ਬੱਚਾ ਜਨਾਬ। ਸਭਿਆਂ ਦਾ ਵਾਣਾ ਮਾਸ਼ਾਅੱਲਾ ਜੀ।
ਕਿੰਨਾ ਕੁ ਦੁੱਧ ਕਰਦੀ ਵੀ? ਇਹਨੇ ਥੱਲੇ ਇਸ ਟਾਈਮ ਹੈ 19 ਤੋਂ 20 ਲੀਟਰ। 19 ਤੋਂ 20 ਲੀਟਰ। ਜਾਨਵਰ ਨੰਬਰ 6 ਕਿੰਨਵਾਂ ਸੁਭਾਅ? ਇਹ ਦੂਜਣ ਦਾ ਦੂਜਾ ਸੁਭਾਅ ਦੂਜਣ ਹੈ ਤੇ ਇਹ ਪਰਸੋਂ ਸੂਈ ਹੈ ਕੱਚੀ ਬਿਲਕੁਲ ਠੀਕ ਹੋ ਗਈ ਠੀਕ ਹੋ ਗਈ। ਇਸ ਟਾਈਮ 14 ਲੀਟਰ ਹੈ ਇਹਦੇ ਕੋਲ ਸਾਰਾ ਚੂੜ ਜ਼ਬਰਦਸਤ। ਪਿੱਛੇ ਇਹਦੇ ਕੀ ਹੈ? ਇਹਦੇ ਪਿੱਛੇ ਬੱਚੀ ਇਹਦੇ ਪਿੱਛੇ ਬੱਚੀ ਪਿੱਛੇ ਜਨਾਬ ਇਹਦੇ ਬੱਚੀ ਇਹ ਜਨਾਬ 6 ਜਨਾਬ ਬੱਚੇ ਨਾਲ ਖਾਜ ਬੱਚੇ ਕਿੱਥੇ ਨੇ? ਇੱਕ ਤਾਂ ਤੱਕ ਜੀ ਬੱਚਾ ਜੀ ਸਭ ਜਾਨਵਰ ਨੰਬਰ 1 ਦੀ ਡਿਮਾਂਡ ਜਾਨਵਰ ਨੰਬਰ ਤਿੰਨ ਦਿਆਂਗੇ ਭਾਈ ਜਾਨ ਦੋ ਲੱਖ ਤੇ ਅੱਸੀ ਹਜ਼ਾਰ ਦੋ ਲੱਖ ਤੇ ਪਚਵੰਜਾ ਅੱਛਾ ਮੁੱਟਾ ਅਗਰ ਕੋਈ ਸਾਰੇ ਜਾਨਵਰ ਲੈਂਦਾ ਮੁੱਟੇ ਨਾਲ ਤੇ ਫੀ ਜਾਨਵਰ ਕਿਸ ਹਿਸਾਬ ਨਾਲ ਮਿਲੇਗਾ? ਇਹ ਭਜਨ ਉਵੇਂ ਸਾਰਿਆਂ ਦੀ ਕੀਮਤ ਬਣਦੀ ਹੈ ਆਪਣੇ 6 ਜਾਨਵਰ ਕੋਈ ਲੈਂਦਾ ਨਾ ਆ ਮੁੱਟਾ ਇਸ ਤਰ੍ਹਾਂ ਆਪਾਂ ਡਿਮਾਂਡ ਕੀਤੀ ਹੈ ਜੀ ਜੀ ਉਸ ਹਿਸਾਬ ਨਾਲ 16 ਲੱਖ ਰੁਪਇਆ ਬਣਦਾ ਠੀਕ ਹੋ ਗਿਆ ਠੀਕ ਹੈ ਫਾਈਨਲ ਜਿਹੜਾ ਨਾ ਆਪਾਂ ਇਹ ਯਾਨੀ ਕਿ ਇਹਨਾਂ ਦਾ ਪੁੱਠਾ ਬਣਦਾ 2 ਲੱਖ ਤੇ 66 ਹਜ਼ਾਰ ਠੀਕ ਹੈ 2 ਲੱਖ ਤੇ ਜੇ ਅਗਰ ਕੋਈ ਪੁੱਠੇ ਦੇ ਹਿਸਾਬ ਨਾਲ ਲਵੇ ਤੇ 2 ਲੱਖ ਤੇ 60 ਹਜ਼ਾਰ ਦੇ ਹਿਸਾਬ ਨਾਲ ਦੇ ਦੇ 2 ਲੱਖ ਤੇ 60 ਹਜ਼ਾਰ ਦੇ ਹਿਸਾਬ ਨਾਲ ਪੁੱਠੇ ਨਾਲ ਦੇਵਾਂਗੇ ਆਪਾਂ ਹਾਂ ਪੁੱਠੇ ਨਾਲ ਠੀਕ ਹੈ ਪੂਰੀ ਲਾਟ ਦੀ ਜਿਹੜੀ ਡਿਮਾਂਡ ਹੈ 16 ਲੱਖ ਹਾਂਜੀ 16 ਲੱਖ 16 ਲੱਖ ਚੋਂ ਕੋਈ ਕਮੀ ਬੇਸ਼ੀ ਇਕੱਠੇ ਜਾਣਾ 16 ਲੱਖ ਦੇ ਵਿੱਚੋਂ ਆਪਾਂ ਕਮੀ ਬੇਸ਼ੀ ਕਰਤੀ ਉਤਲਾ 6 ਚ ਸਾਰੀਆਂ ਦਾ ਡਾਟ ਜ਼ਬਰਦਸਤ ਮੁੱਠੇ ਦੇ ਹਿਸਾਬ ਨਾਲ ਕੋਈ ਵੀ ਲਵੇ ਨਾ ਆਪਣੇ ਦੇ ਯਾਨੀ ਕਿ 6 ਜਾਨਵਰ ਖਰੀਦਦਾ ਤੇ ਆਪਾਂ 6000 ਰੁਪਇਆ ਵੀ ਗਾਣਾ ਯਾਨੀ ਕਿ ਉਤਲਾ ਜਿਹੜਾ ਲੈਸ ਕਰਤਾ 2 ਲੱਖ ਤੇ 60 ਹਜ਼ਾਰ ਦੇ ਪੁੱਠੇ ਨਾਲ ਦੇ ਜ਼ਬਰਦਸਤ ਨਾਲ ਕੋਈ ਵੀ ਦੋਸਤ ਜਾਨਵਰ ਖਰੀਦਣਾ ਚਾਹੁੰਦਾ ਸਾਡਾ ਵਟਸਐਪ 53 ਨੰਬਰ ਨੋਟ ਕਰੋ 0322 70 87 633 ਨੋਟ ਕਰੋ 0322 70 87 633 ਜਾਂ ਸਾਡਾ ਰਾਤ ਨੰਬਰ ਹੈ ਸਾਡਾ ਵਟਸਐਪ ਨੰਬਰ।